ਪਾਤਰ ਉਹਨਾਂ ਦਾ ਇੱਕ ਸ਼ੇਰ ਹੈ ਕਿ ਇਹ ਤਾਂ ਵਗਦੀਆਂ ਰਹਿਣੀਆਂ ਇੱਥੇ ਪੌਣਾ ਕਪੱਤੀਆਂ ਇਹ ਤਾਂ ਵਗਦੀਆਂ ਰਹਿਣੀਆਂ ਇੱਥੇ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ ਪਰ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਕਾਲੇ ਸਫਿਆਂ ਅਤੇ ਸੱਤਰਾਂ ਲਾਲ ਰੱਥੀਆਂ ਤੂੰ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਔਰ ਇਸ ਸ਼ੇਰ ਦਾ ਮਤਲਬ ਮੈਂ ਇਸ ਕਰਕੇ ਵੀ ਇਹ ਸ਼ੇਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਅੱਜ ਜਿਹੜੇ ਕਾਲੇ ਸਫਿਆਂ 'ਤੇ ਤੁਸੀਂ ਉਹ ਲਾਲ ਰੱਤੀਆਂ ਸੱਤਰਾਂ ਲਿਖਣ ਲਈ ਇਕੱਠੇ ਹੋਏ ਹੋ ਇਹ ਅੱਜ ਦੇ ਸਮੇਂ ਦਾ ਬਹੁਤ ਹੀ ਵੱਡਾ ਅਤੇ ਭੱਖਦਾ ਮਸਲਾ ਹੈ। ਮੈਂ ਤੁਹਾਡੇ ਨਾਲ 15-20 ਮਿੰਟ ਗੱਲ ਕਰਨੀ ਹੈ। ਜਦੋਂ ਇਹਨਾਂ ਨੇ ਕਿਹਾ ਕਿ ਮੋਹਨ ਸ਼ਰਮਾ ਦੀ ਥਾਂ 'ਤੇ ਸੁਰਿੰਦਰ ਸ਼ਰਮਾ ਗੱਲ ਕਰੇਗਾ ਤਾਂ ਐਂ ਲੱਗਦਾ ਜਿਵੇਂ ਸੁੱਖਿਆ ਹੁੰਦਾ ਵੀ ਕਿਸੇ ਪੰਡਿਤ ਨੇ ਗੱਲ ਜ਼ਰੂਰ ਕਰਨੀ ਹੈ, ਪਰ ਇੱਦਾਂ ਦੀ ਗੱਲ ਨਹੀਂ ਹੈ। ਮੌਕਾ ਮੇਲ ਆ, ਮੈਂ ਦੋ ਗੱਲਾਂ ਪਹਿਲਾਂ ਜਿਹੜੀਆਂ ਮੈਨੂੰ ਰੜਕੀਆਂ ਹੈ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਹੈ। ਮੇਰਾ ਪੰਜਾਬ ਦੇ ਕਲਚਰ ਨਾਲ ਸੱਭਿਆਚਾਰ ਨਾਲ ਅੱਜ ਤੋਂ 35 ਸਾਲ ਪਹਿਲਾਂ ਵਾਹ ਪਿਆ, ਔਰ ਮੈਂ ਗੱਲ ਬੜੀ ਬੇਵਾਕੀ ਨਾਲ ਅਤੇ ਮਾਣ ਨਾਲ ਕਹਿੰਦਾ ਕਿ ਮੈਂ ਜੰਮਣ ਪੱਖਿਓਂ ਪੰਜਾਬੀ ਨਹੀਂ, ਪੰਜਾਬੀ ਮੇਰੀ ਮਾਂ ਬੋਲੀ ਨਹੀਂ, ਪਰ ਜਿੰਨੀ ਪੰਜਾਬੀ ਕਲਚਰ ਦੀ ਸੱਭਿਆਚਾਰ ਦੀ ਸਮਝ ਮੈਨੂੰ ਆਈ ਅਤੇ ਜਿੰਨੀ ਸੇਵਾ ਕੀਤੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਬਹੁਤ ਸਾਰੇ ਲੋਕ ਪੰਜਾਬ 'ਚ ਜੰਮ ਕੇ ਅਤੇ ਗੁਰੂਆਂ ਦੇ ਵਾਰਸ ਹੋਣ ਦਾ ਢੋਂਗ ਰਚ ਕੇ ਵੀ ਨਹੀਂ ਕਰ ਸਕੇ। ਔਰ ਦੂਜੀ ਗੱਲ ਮੈਨੂੰ ਯਾਦ ਆ ਰਿਹਾ ਹੈ ਕਿ ਕਮਲਜੀਤ ਖੰਨਾ ਜੀ ਨੇ ਸਾਡੇ ਨਾਲ ਇੱਕ ਵਾਰ ਇੱਕ ਗੱਲ ਸਾਂਝੀ ਕੀਤੀ ਕਿ ਇਸੇ ਮੰਡੀ ਦੇ ਵਿੱਚ ਐਮਰਜੈਂਸੀ ਦੇ ਵੇਲੇ ਉਹਨਾਂ ਨੇ ਇੱਕ ਨਾਟਕਾਂ ਦਾ ਪ੍ਰੋਗਰਾਮ ਰੱਖਿਆ ਅਤੇ ਗੁਰਸ਼ਰਨ ਭਾਅ ਜੀ ਨੂੰ ਸੱਦ ਲਿਆ ਨਾਟਕ ਕਰਨ ਲਈ। ਜਦੋਂ ਇੱਥੇ ਆਏ ਭਾਅ ਜੀ ਹੁਣੀ ਉਦੋਂ ਅਨਮੈਰਿਡ ਸੀ, ਕੁਆਰੇ ਸੀ, ਮੁੰਡੇ ਖੁੰਡੇ ਸੀ, ਐਮਰਜੈਂਸੀ ਦਾ ਵੇਲਾ ਸੀ, ਲਹਿਰਾਂ ਨਾਲ ਔਰਤਾਂ ਬਹੁਤੀਆਂ ਜੁੜੀਆਂ ਵੀ ਨਹੀਂ ਹੁੰਦੀਆਂ ਸੀ ਉਹਨਾਂ ਵੇਲਿਆਂ 'ਚ। ਗੁਰਸ਼ਰਨ ਭਾਅ ਜੀ ਨੇ ਆ ਕੇ ਸਵਾਲ ਕੀਤਾ ਕਿ ਬਈ ਔਰਤਾਂ ਕਿੱਥੇ ਨੇ, ਬੀਬੀਆਂ ਕਿੱਥੇ ਨੇ? ਇਹਨਾਂ ਨੇ ਕਿਹਾ ਭਾਅ ਜੀ ਅਸੀਂ ਤਾਂ ਕੁਆਰੇ ਹਾਂ, ਕੋਸ਼ਿਸ਼ ਕੀਤੀ ਹੈ, ਨਹੀਂ ਆਈਆਂ। ਮੁੱਖ ਦੀ ਗੱਲ ਬੜੀਆਂ ਮਿਹਨਤਾਂ ਕੀਤੀਆਂ ਕਿ ਬੰਦਿਆਂ ਨੂੰ ਨਾਟਕ ਦਿਖਾ ਦਿਓ, ਭਾਅ ਜੀ ਨੇ ਰਿਕਸ਼ਾ ਕੀਤਾ ਅਤੇ ਬੱਸ ਸਟੈਂਡ 'ਤੇ ਜਾ ਕੇ ਵਾਪਸ ਚਲੇ ਗਏ। ਉਹ ਕਹਿੰਦੇ ਜੇ ਤੁਹਾਡੇ ਸਮਾਗਮ ਦੇ ਵਿੱਚ ਔਰਤਾਂ ਨਹੀਂ ਆ ਤਾਂ ਮੈਂ ਤੁਹਾਡੇ ਲਈ ਨਾਟਕ ਨਹੀਂ ਕਰਨਾ। ਤਾਂ ਅੱਜ ਇੱਕ ਸਵਾਲ ਵੱਡਾ ਹੈ, ਇਹ ਮਜ਼ਾਕ ਨਹੀਂ ਹੈ, ਦੋ ਤਬਕੇ ਦੀ ਵੱਡੀ ਘਾਟ ਹੈ ਜਿਹੜੇ ਸਿੱਧੇ ਰੂਪ ਦੇ ਵਿੱਚ ਉਹਦੇ ਨਾਲ ਇਫੈਕਟਿਡ ਨੇ, ਇੱਕ ਸਾਡੀਆਂ ਮਾਵਾਂ ਅਤੇ ਸਾਡੇ ਨੌਜਵਾਨ ਦੋਸਤ, ਦੋਨੋਂ ਹੀ ਇਫੈਕਟਿਡ ਨੇ ਇਸ ਵਿੱਚ, ਇਸ ਸਿਸਟਮ ਦੇ ਵਿੱਚ ਨਸ਼ਿਆਂ ਦੇ ਨਾਲ ਸਿੱਧੇ ਰੂਪ ਦੇ ਵਿੱਚ। ਅਤੇ ਸਾਡਾ ਦਿਖਾਂ 'ਤੇ ਹੈ ਕਿ ਅੱਜ ਅਸੀਂ ਦੋਨਾਂ ਦੀ ਘਾਟ ਮਹਿਸੂਸ ਕਰ ਰਹੇ ਹਾਂ ਇਸ ਥਾਂ 'ਤੇ। ਇਹਦੇ ਬਾਰੇ ਸਾਨੂੰ ਖੁਦ ਨੂੰ, ਇਹ ਉਲਾਂਭਾ ਨਹੀਂ ਹੈ, ਇਹ ਗਿਲਾ ਨਹੀਂ ਹੈ, ਸ਼ਿਕਵਾ ਨਹੀਂ ਹੈ, ਇਹਦੇ ਬਾਰੇ ਆਪਾਂ ਨੂੰ ਰਲ ਮਿਲ ਕੇ ਸੋਚਣਾ ਪਊਗਾ ਔਰ ਉਸ ਥਾਂ ਤੱਕ ਜਾਣਾ ਪਊਗਾ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਮੈਂ ਤੁਹਾਡੇ ਨਾਲ 4-5 ਗੱਲਾਂ ਸਾਂਝੀਆਂ ਕਰਨੀਆਂ ਨਸ਼ਿਆਂ ਦੇ ਨਾਲ ਰਿਲੇਟਡ, ਜਿਹੜੀ ਮੇਰੀ ਇੱਕ ਸਟੱਡੀ ਹੈ ਥੋੜ੍ਹੀ ਜਿਹੀ, ਮੇਰੀ ਸਟੱਡੀ ਥੋੜ੍ਹੀ ਪਹਿਲਾਂ ਵਾਲੀ ਆ, ਹੁਣ ਤਾਂ ਸਟੱਡੀਆਂ ਬਥੇਰੀਆਂ ਸਿਸਟਮ ਨੇ ਕਰਾਤੀਆਂ, ਲੋਕਾਂ ਨੇ ਕਰਾਤੀਆਂ, ਫੇਸਬੁੱਕਾਂ ਨੇ ਕਰਾਤੀਆਂ, ਸੋਸ਼ਲ ਮੀਡੀਆ ਨੇ ਕਰਾਤੀਆਂ। ਮੈਂ 2011 ਦੇ ਵਿੱਚ ਇੱਕ ਨਾਟਕ ਲਿਖਿਆ ਸੀ, ਇਹਨਾਂ ਜ਼ਖਮਾਂ ਦਾ ਕੀ ਕਰੀਏ, ਗੁਰਦਿਆਲ ਦਲਾਲ ਦੀ ਕਹਾਣੀ ਹੈ ਸੇਵਾ। ਅਤੇ ਜਦੋਂ ਮੈਂ ਉਹਨੂੰ ਮੁੱਖ ਬਣਾ ਕੇ ਨਾਟਕ ਲਿਖਣਾ ਸ਼ੁਰੂ ਕੀਤਾ ਤਾਂ ਮੈਂ ਕਹਾਣੀ ਤੋਂ ਬਾਹਰ ਚਲਾ ਗਿਆ। ਬਾਹਰ ਜਾ ਕੇ ਮੈਂ ਇੱਕ ਰਿਸਰਚ ਕੀਤੀ, ਔਰ ਇਸ ਤੋਂ ਵੀ ਪਹਿਲਾਂ ਜੇ ਮੈਂ ਗੱਲ ਕਰਾਂ, ਮੈਂ 35 ਸਾਲ ਪਹਿਲਾਂ ਪੰਜਾਬ ਦੀ ਧਰਤੀ 'ਤੇ ਕਲਚਰ 'ਤੇ ਜੁੜਿਆ, ਔਰ ਮੈਂ 30 ਸਾਲ ਪਹਿਲਾਂ, ਮਾਫ ਕਰ ਦਿਓ ਮਾੜੀ, ਤੁਹਾਨੂੰ ਨਾ ਵੀ ਗੱਲ ਚੰਗੀ ਲੱਗੇ ਮੈਂ ਕਹਿਣੀ ਜ਼ਰੂਰ ਆ, ਮੈਂ 30 ਸਾਲ ਪਹਿਲਾਂ ਆਪਣੀਆਂ ਸਟੇਜਾਂ 'ਤੇ ਬੋਲਣਾ ਸ਼ੁਰੂ ਕੀਤਾ ਕਿ ਪੰਜਾਬੀਓ, ਜਿਹੜਾ ਤੁਸੀਂ ਗਲਾਸੀ ਕਲਚਰ ਨੂੰ ਆਪਣਾ ਕਲਚਰ ਕਹਿ ਕੇ ਪ੍ਰਚਾਰ ਰਹੇ ਹੋ, ਇਹ ਤੁਹਾਡਾ ਕਲਚਰ ਨਹੀਂ ਹੈ, ਇਹ ਖਤਰਨਾਕ ਵਰਤਾਰਾ ਆਉਣ ਵਾਲੇ ਸਮੇਂ ਦਾ। ਸਾਡੇ ਬੰਦਿਆਂ ਨੇ ਮੈਨੂੰ ਕਿਹਾ ਉਹ ਯਾਰ ਦਾਰੂ ਦਾ ਵਿਆਹ ਸ਼ਾਦੀਆਂ ਚੱਲਦੀਆਂ, ਤੂੰ ਐਂ ਦਾਰੂ ਦੇ ਖਿਲਾਫ ਨਾ ਬੋਲਿਆ ਕਰ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰਸੋਂ ਦਾ ਅਖਬਾਰ ਪੜ੍ਹੋ, ਜਿਹੜੇ ਪ੍ਰੋਫੈਸਰ ਨੇ ਰਿਪੋਰਟ ਛਾਪੀ ਹੈ, 80% ਤੱਕ ਨੌਜਵਾਨ ਮੁੰਡੇ ਨਸ਼ੇ 'ਤੇ ਇਸ ਕਰਕੇ ਲੱਗੇ ਆ ਕਿਉਂਕਿ ਉਹਨਾਂ ਦੇ ਬਾਪ, ਭੈਣ, ਉਹਨਾਂ ਦਾ ਭਰਾ ਕੋਈ ਘਰ ਦੇ ਵਿੱਚ ਨਸ਼ਾ ਕਰਦਾ ਸੀ, ਅਤੇ ਵੱਧ ਉਹਨਾਂ ਦੇ ਬਾਪ ਦਾਰੂ ਦਾ ਨਸ਼ਾ ਕਰਦੇ ਸੀ, ਉਸ ਕਰਕੇ ਉਹ ਇਸ ਰਾਹ 'ਤੇ ਤੁਰਨ ਵੱਲ ਆਏ ਆ। ਇਹ ਮੈਂ ਨਹੀਂ ਕਹਿ ਰਿਹਾ, ਉਹ ਅਖਬਾਰ ਦੇ ਵਿੱਚ ਉਹਨਾਂ ਨੇ 3 ਮੈਂਬਰਾਂ ਨੇ ਰਿਸਰਚ ਕੀਤੀ ਹੈ, ਉਹ ਰਿਪੋਰਟ ਕਹਿ ਰਹੀ ਹੈ। ਔਰ ਦੂਜੀ ਗੱਲ ਜਿਹੜੀ ਅਸੀਂ ਪ੍ਰਚਾਰੀ ਆ ਲੋਕਾਂ 'ਚ ਜਾ ਕੇ, ਜਿਹੜੀ ਐਡਵੋਕੇਟ ਸੁਦੀਪ ਸਿੰਘ ਉਹਨਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ,
कि पंजाब की धरती दे जायो नौजवानों के कन्नां दे विच जदों टूटियां लगियां ना जदों साडा कल्चर आया ब्याह शादियां दे विच करजे चक के भी नचाउण वालियां लाईयां असी जिन्नी क साडी समर्था सी उन्नी क समर्था मुताबिक मैरिज पैलेस बुक किते ਘਰਾਂ ਦੇ ਵਿੱਚ ਲਾਈਆਂ ਪਰ ਗਾਉਣ ਦਾ ਕਲਚਰ ਜ਼ਰੂਰ ਅਸੀਂ ਵਧਾਵਾ ਦਿੱਤਾ ਅਤੇ ਉਹਦੇ ਵਿੱਚ ਗੀਤ ਕੀ ਵੱਜੇ ਅਸੀਂ ਸੁਣ ਹੋਏ ਹਾਂ ਇਹ ਇੱਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਕਿ ਇੱਕ ਦਿਨ 'ਚ ਤੁਹਾਡੇ ਘਰ 'ਚ ਪਸਰ ਗਈਆਂ ਇਹ ਲੰਬਾ ਵਰਤਾਰਾ ਮੈਂ ਅੱਜ ਤੋਂ 6 ਸਾਲ ਪਹਿਲਾਂ ਲੁਧਿਆਣੇ ਬੱਸ ਦੇ ਵਿੱਚ ਜਾ ਰਿਹਾ ਲੁਧਿਆਣੇ ਨੂੰ ਅਤੇ ਬੱਸ ਦੇ ਉੱਤੇ ਇੱਕ ਬੱਸ ਦੇ ਵਿੱਚ ਗੀਤ ਵੱਜਦਾ ਪਿਆ ਅਤੇ ਗੀਤ ਦੇ ਬੋਲ ਸੀ ਨੀ ਅਸੀਂ ਤੇਰੇ ਅੱਜ ਯਾਰ ਗਿਣੇ ਸਾਡੇ ਸਣੇ 17 ਇਹ ਪੰਜਾਬੀ ਦਾ ਬਹੁਤ ਵੱਡਾ ਗੀਤਕਾਰ ਹੈ ਇੱਕ ਉਹਨੇ ਗੀਤ ਲਿਖਿਆ ਹੈ ਅਤੇ ਕੈਸਟ 'ਚ ਵੱਜ ਰਿਹਾ ਹੈ ਅਤੇ 52-53 ਸਵਾਰੀਆਂ ਔਰਤਾਂ ਬੁੜੀਆਂ ਬੰਦੇ ਬੱਸ 'ਚ ਬੈਠੀਆਂ ਉਹਨੂੰ ਸੁਣ ਰਹੀਆਂ ਕਿਉਂ ਨਹੀਂ ਬੋਲ ਰਹੇ ਆ ਕਿਉਂ ਸੁਣੋਗੇ ਅਸੀਂ ਪੰਜਾਬ ਦੀ ਧਰਤੀ ਦਾ ਤੁਸੀਂ ਇੱਕ ਗੱਲ ਤੁਹਾਡੇ ਧਰਮ ਦੇ ਖਿਲਾਫ ਕਰ ਦਿਉ ਤੁਹਾਡੇ ਹੋਰ ਕਿਸੇ ਗੱਲ ਦੇ ਖਿਲਾਫ ਕਰ ਦਿਉ ਝੱਟ ਆਕੜ ਕੇ ਕਹਿੰਦੇ ਅਸੀਂ ਅਣਖਾਲੇ ਹੋ ਅਤੇ ਅੱਜ ਤੁਹਾਡਾ ਕੋਈ ਗੀਤਕਾਰ ਤੁਹਾਡੇ ਵਿੱਚੋਂ ਹੀ ਜੰਮਿਆ ਪੈਦਾ ਹੋਇਆ ਉਹ ਇਹ ਕਹਿ ਰਿਹਾ ਕਿ ਤੁਹਾਡੀਆਂ ਧੀਆਂ ਦੇ 17 ਯਾਰ ਨੇ ਅਤੇ ਮੈਂ ਗਿਣੇ ਨੇ ਅਤੇ ਅਸੀਂ ਫਾੜਾਂ ਮਾਰਦੇ ਹਾਂ ਕਿ ਅਸੀਂ ਪੰਜਾਬੀ ਹਾਂ ਅਸੀਂ ਅਣਖਾਂ ਵਾਲੇ ਹਾਂ ਅਸੀਂ ਬਾਬੇ ਨਾਨਕ ਦੇ ਵਾਰਸ ਹਾਂ ਪੰਜ ਬਾਣੀਆਂ ਦਾ ਪਾਠ ਕਰਿਆ ਹੈ ਪ੍ਰਸ਼ਾਦ ਲੈ ਲਿਆ ਕੜਾਹ ਪ੍ਰਸ਼ਾਦ ਖਾਧਾ ਦਾੜੀ 'ਤੇ ਹੱਥ ਪਿਆ ਗੁਰਦੁਆਰੇ ਤੋਂ ਬਾਹਰ ਆ ਗਏ ਅਤੇ ਬਾਬੇ ਨਾਨਕ ਦੇ ਵਾਰਸ ਹੋ ਕੇ ਆਪਣਾ ਤੁਸੀਂ ਫਰਜ਼ ਪੂਰਾ ਕਰ ਲਿਆ ਨਹੀਂ ਹੈ ਜਦੋਂ ਅਸੀਂ ਉਸ ਸਿਸਟਮ ਦੇ ਵਿੱਚ ਜਦੋਂ ਚੀਜ਼ਾਂ ਸ਼ੁਰੂ ਹੋਈਆਂ ਉੱਥੋਂ ਜਦੋਂ ਆਪਾਂ ਕਿੰਤੂ ਪਰੰਤੂ ਕਰਨਾ ਨਹੀਂ ਸ਼ੁਰੂ ਕੀਤਾ ਅੱਜ ਉਹ ਹਾਲਾਤ ਉੱਥੇ ਤੱਕ ਅਸੀਂ ਪਹੁੰਚਣਾ ਸੀ ਔਰ 2012 ਦੇ ਵਿੱਚ ਜਦੋਂ ਮੈਂ ਨਾਟਕ ਦੇ ਵਿੱਚ ਇੱਕ ਪਿਓ ਦੇ 2 ਪੁੱਤ ਮਰਵਾ ਤੇ ਉਹ ਨਾਟਕ ਮੈਂ ਉਹਨਾਂ ਦਿਨਾਂ 'ਚ ਚੇਂਜ ਕੀਤਾ ਹੁਣ ਅਸੀਂ ਖੇਲ ਰਹੇ ਹਾਂ ਵੱਡੇ ਲੈਵਲ 'ਤੇ ਉਹਨੂੰ ਤਾਂ ਮੇਰੇ 'ਤੇ ਸਵਾਲ ਆਇਆ ਇਹਦਾ ਕਿਹੜਾ ਪੰਜਾਬ ਆ ਗਿਆ ਪਿੰਗ ਬਾਬ ਦੇ 2 ਪੁੱਤ ਮਰ ਗਏ ਹੋਏ ਚਿੱਟੇ ਨਾਲ ਔਰ ਉਹ ਘਟਨਾ ਮੈਂ ਮੇਰੇ 2 ਸਟੂਡੈਂਟ ਮੈਂ ਸਕੂਲ 'ਚ ਪੜ੍ਹਾਉਂਦਾ ਮੇਰੇ 2 ਸਟੂਡੈਂਟ ਜਿਹੜੇ ਤਕੜੇ ਭਲਵਾਨ ਸੀ ਦੋਨੋਂ ਸਕੇ ਭਾਈ ਉਹ 2-2 ਮਹੀਨਿਆਂ ਦੇ ਫਰਕ ਨਾਲ ਮਰੇ ਸੀ ਉਹਨਾਂ ਦਿਨਾਂ ਦੇ ਵਿੱਚ ਅਤੇ ਮੈਂ ਉਹ ਬਰਦਾਸ਼ਤ ਨਹੀਂ ਸੀ ਕਰ ਪਾ ਰਿਹਾ ਉਹ ਮਾਂ ਦੇ ਵਹਿਮ ਨਹੀਂ ਸੀ ਮੈਂ ਝੱਲ ਪਾ ਰਿਹਾ ਉਹ ਬਾਪ ਦਾ ਸਿਰ ਨੀਵਾਂ ਕੀਤਾ ਹੋਇਆ ਮੈਨੂੰ ਤੰਗ ਕਰਦਾ ਸੀ ਵਾਰ ਵਾਰ ਅਤੇ ਮੈਂ ਉਹਨੂੰ ਇੱਕ ਗੱਲ ਇਹ ਕਹੀ ਸੀ ਕਿ ਅੱਜ 2012 ਦੇ ਵਿੱਚ ਕਿ ਅੱਜ ਤੁਹਾਨੂੰ ਲੱਗ ਰਿਹਾ ਕਿ 2-2 ਲੁੱਥਾਂ ਨਹੀਂ ਨਿਕਲ ਰਹੀਆਂ ਪਰ ਜੇ ਇਹ ਵਰਤਾਰਾ ਇਸੇ ਢੰਗ ਨਾਲ ਰਿਹਾ ਤਾਂ ਇਹਦਾ ਅਸਰ 10 ਸਾਲਾਂ ਬਾਅਦ ਹੋਊਗਾ ਕਿਉਂਕਿ ਜਦੋਂ ਉਹਨਾਂ ਲੋਕਾਂ ਨੇ ਉਹਨਾਂ ਬੱਚਿਆਂ ਨੇ ਚਿੱਟਾ ਖਾਣਾ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ 10 ਸਾਲ ਦੀ ਜ਼ਿੰਦਗੀ ਕੱਟਣੀ ਸੀ ਅਤੇ ਉਹ ਲੁੱਥਾਂ ਹੁਣ ਡਿੱਗਦੀਆਂ ਪਈਆਂ ਉਹ ਮੌਤਾਂ ਹੁਣ ਸਾਡੇ ਸਾਹਮਣੇ ਆਉਂਦੀਆਂ ਪਈਆਂ ਔਰ ਜਦੋਂ ਮੈਂ ਉਸ ਰਿਸਰਚ ਦੇ ਵਿੱਚ ਗਿਆ ਮੈਂ ਜਿੰਨੇ ਵੀ ਪ੍ਰਾਈਵੇਟ ਸਕੂਲ ਸ਼ਹਿਰ ਤੋਂ ਬਾਹਰ ਨੇ ਮੈਂ ਬਹੁਤ ਸਾਰੇ ਸਕੂਲਾਂ ਦਾ ਬਹੁਤ ਸਾਰੇ ਕਿ ਮੈਂ ਕਿਸੇ ਦਾ ਵੀ ਨਾਂ ਨਹੀਂ ਲੈਣਾ ਪਰ ਮੈਂ ਉਹਨਾਂ ਸਕੂਲਾਂ 'ਚ ਗਿਆ ਤਾਂ ਉਹਨਾਂ ਸਕੂਲਾਂ ਦੇ ਨਾਲ ਲੱਗਦੀਆਂ ਮੋਟਰਾਂ 'ਤੇ ਜਾ ਕੇ ਇੰਨੀਆਂ ਗੋਲੀਆਂ ਔਰ ਉਹ ਪੱਤੇ ਸ਼ੀਸ਼ੀਆਂ ਟੀਕੇ ਢੇਰਾਂ ਪਿਆ ਉਸ ਮੋਟਰ ਦੇ ਉੱਤੇ ਔਰ ਜਦੋਂ ਯੂਨੀਵਰਸਿਟੀ ਦੇ ਹੋਸਟਲਾਂ ਦੇ ਵਿੱਚ ਕੁੜੀਆਂ ਦੇ ਬਾਥਰੂਮਾਂ ਦੇ ਵਿੱਚੋਂ ਉਹ ਚੀਜ਼ਾਂ ਲੱਭੀਆਂ ਉਦੋਂ ਅਸੀਂ ਇਸ ਗੱਲ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਸੀ ਮੈਂ ਕਿਹਾ ਸੀ ਕਿ ਜੇ 60% ਮੁੰਡੇ ਨਸ਼ਾ ਕਰਦੇ ਆ ਤਾਂ 40% ਕੁੜੀਆਂ ਨਸ਼ੇ ਦੇ ਵਿੱਚ ਡੁੱਬ ਚੁੱਕੀਆਂ ਮਾਂ ਬਾਪ ਬਹੁਤੇ ਸ਼ਰਮ ਦੇ ਮਾਰੇ ਇਸ ਗੱਲ ਨੂੰ ਬਾਹਰ ਨਹੀਂ ਕੱਢ ਰਹੇ ਆ ਔਰ ਅੱਜ ਦਾ ਲਾ ਲਓ ਹਿਸਾਬ ਕਿਤਾਬ ਕੀ ਹੈ ਉਦੋਂ ਮੈਂ ਇੱਕ ਰਿਪੋਰਟ ਲਿਆ ਕੇ ਦਿੱਤੀ ਉਹ ਰਿਪੋਰਟ ਮੈਂ ਬਾਅਦ ਦੇ ਵਿੱਚ ਮੈਂ ਰਿਸਰਚ ਕੀਤੀ ਤਾਂ ਉਹ ਡਾਕਟਰ ਮੋਹਨ ਸ਼ਰਮਾ ਦੀ ਸੀ ਅੱਜ ਆਏ ਨੇ ਉਹ ਮੈਂ ਉਹਨਾਂ ਨਾਲ ਫਿਰ ਬਾਅਦ 'ਚ ਗੱਲ ਕੀਤੀ ਤੁਹਾਨੂੰ ਯਾਦ ਹੋਊਗਾ ਅੱਜ ਤੋਂ 7-8 ਸਾਲ ਪਹਿਲਾਂ ਵੀ ਜਦੋਂ ਇੱਕ ਸੈਮੀਨਾਰ ਕਰਾਇਆ ਸੀ ਜਗਰਾਉਂ ਦੇ ਵਿੱਚ ਹੀ ਤਾਂ ਉਹ ਬੋਲ ਕੇ ਗਏ ਸੀ ਉਹਦੇ ਵਿੱਚ ਉਹ ਰਿਪੋਰਟ ਸੀ ਕਿ 8 ਘੰਟਿਆਂ ਬਾਅਦ ਪੰਜਾਬ ਦੀ ਧਰਤੀ ਤੱਕ 20-30 ਸਾਲ ਦਾ ਨੌਜਵਾਨ ਜਿਹੜਾ ਹੈ ਉਹਦੀ ਲੋਥ ਬਾਪੂ ਦੇ ਮੋਢੇ 'ਤੇ ਜਾਂਦੀ ਹੈ 8 ਘੰਟਿਆਂ ਦੇ ਵਿੱਚ ਤਾਂ ਮੇਰੇ 'ਤੇ ਸਵਾਲ ਆਇਆ ਕਹਿੰਦਾ ਜੇ 8 ਘੰਟਿਆਂ ਦੇ ਵਿੱਚ ਆਉਂਦੇ ਨੇ ਤਾਂ ਪੰਜਾਬ ਤਾਂ ਖਾਲੀ ਹੋ ਜੂ ਅਤੇ ਪੰਜਾਬ ਖਾਲੀ ਹੋ ਰਿਹਾ ਹੈ ਅੱਜ 8 ਘੰਟਿਆਂ 'ਚ ਨਹੀਂ ਹੈਗਾ ਅੱਜ 24 ਘੰਟਿਆਂ ਦੇ ਵਿੱਚ ਕੱਲ੍ਹ ਪਰਸੋਂ ਕਿਸੇ ਨੇ ਰਿਪੋਰਟ ਛਾਪੀ ਹੈ ਉਹ ਕਹਿੰਦਾ ਲਗਭਗ 17 ਮੁੰਡੇ ਕੁੜੀਆਂ ਨਸ਼ੇ ਦੀ ਭੇਟ ਚੜ੍ਹ ਰਹੇ ਹੈ ਖਾਲਿਸਤਾਨ ਮੂਵਮੈਂਟ ਵੇਲੇ 25,000 ਮੁੰਡੇ ਮਾਰੇ ਸੀ 25,000 ਅਤੇ 2019 ਤੱਕ ਪੰਜਾਬ ਦੀ ਧਰਤੀ 'ਤੇ 57,000 ਮੁੰਡੇ ਕੁੜੀਆਂ ਨਸ਼ੇ ਦੀ ਭੇਟ ਚੜ੍ਹ ਚੁੱਕੇ ਹੈ ਇਹ ਸਾਨੂੰ ਦਿਖਣਾ ਨਹੀਂ ਨਾ ਪ੍ਰਸ਼ਾਸਨ ਨੂੰ ਕੀ ਦਿਖਣਾ
प्रशासन वाला सारा सिस्टम हिसाब तो नंगा करता, तो हाले तक भी जो तुम इस गल का भुलेखा है कि बदलाव आने बदल जू कुछ, तो फिर मैं कहना सच्ची पंजाबी दे विच कि दुरफटे मूँह आ साडे यार। फिर तो अगे होर की चाहिए हूँ आप, जो असी कह लिया उदो तो आप मने नहीं, पर हूँ तो देख लिया ना सारा कुछ सामने आ प्रतखा। जदों मैं थोड़े नाल ना दो गल्लां सांझियां कर रही जिहड़ियां जिन्हें बड़ा खतरनाक मेरे लिए मैनू डिस्टर्ब किया नशे के लेवल पर, जिहड़ी मैं मावां की गल की है। मेरा एक बच्चा है, मेरा स्टूडेंट है, वो अजकल कनेडा दे विच है, साडे नाल जुड़िया होया। मैनू लगता कि शायद मैं जदों पढ़ांदा सी उस छेवीं सत्तवीं पढ़ता सी मेरे कोल, मैं करतार सिंह सराभे बारे गल्लां कर रही तो वो बाद च दस्सिया उन्हें कि सर असीं तां हसदे हुंदे सी वी सर सानूं की समझा रहे, ये की बोल रहे हैं। छेवीं सत्तवीं के बच्चों घट भी पता लगता। उस सराभे कॉलेज के बी एस सी नर्सिंग करन गया तो सराभे के नाते जो लुट सामने आई तो उन्हें सवाल किया कि तुहाडियां गल्लां सर सही सीगियां। उहदी इंटर्नशिप लगी हुई अमृतसर के मैंटल होस्पिटल के, मैंटल होस्पिटल के उत्थे किसी भी होस्पिटल के मरीज़ का एक जिहड़ी उहदी हिस्ट्री हुंदी आ उह लैंदे आ। उहदा मैनूं 12:30 बजे रात को एक दिन फोन आया, कहिंदा सर मैं परेशान हाँ। मैं क्या दस पैसे चाहिए आ की चक्कर आ, कहिंदा नहीं, कहिंदा इत्थे एक पेशेंट आ, लंबी चौड़ी गल सुनाई उहने, मैं लंबी नहीं करदा। कहिंदा मेरे इत्थे एक पेशेंट आ, वो पंजाब का कोई बहुत वड्डा उन्हें गीतकार बनना सी पर उन्हें चिट्टा खादा तो गला उहदा वो साथ नहीं दिता तो वह रनर अप आ गया, दूजे नंबर पर आ गया। कहिंदा पहला उन्हें मजीठी उन्हें 5-7 गालां कढ़ियां तो उन्हें मेरी जिंदगी तबाह करती। मैं क्या यार जे वो रनर अप नहीं हुंदा विजेतू ही हुंदा तो उन्हें कड़ा बाबे नानक दियां जां गुरु गोबिंद सिंह जां करतार सिंह सराभे दियां 12 गाउणियां सी। मैं तो पहला ही तपया होया इन्हां कलाकारों तो गायकों तो, मैं तो पहले ही बथेरा बोलदा, मैं कहने उही गंद पाउणा सी पंजाब दी धरती ते होर की करना सी। कहिंदा सर गल इत्थे नहीं है, गल इन्नी खतरनाक है कि जदों होस्पिटल दे विच रात नूं कोई ना कोई परिवारक मैंबर उन्हां कोले पेशेंट्स कोले हुंदा वा तां रात नूं उहदी माँ उहदे कोले सी ते उस बच्चे ने उस मुंडे ने रात नूं उह नशे दे विच सी ते उहने अपनी सकी माँ का रेप कर दिता। ये कोई सुनी सुनाई गल, मैं कहानी नहीं तुहानूं दस रहा, ये पंजाब की धरती का कौड़ा सच है। और जदों इस बारे किसी उस नशा करने वाले नाल गल की है, मैं क्या सच सच ना हो झूठ हो, कहिंदा बिल्कुल सच है। जदों असी नशे की लोर चुने सानू बंदे दे बुढ़ी च तां फर्क पता हुंदा है, ये नहीं पता हुंदा कि माँ साडी भैण वा जां माँ वा जां कोई आम औरत है। और जदों असी ये चीज़ां ये गल्लां, मैं एक थां ते होर तुहानू एक छोटी जी गल दसदा सच्ची। मैं रिक्शे पर जा रहा, गर्मी जून का महीना छुट्टियों के, और रिक्शे वाला पसीनों पसीनी होया पिया। दो नौजवान मुंडे आए जीना पेंटा पाई हुई उन्होंने कल दे कोई पढ़ते सी, नशे की तोड़ की हालात दस रहा मैं थोनों कि बंदा गिर कितने तक जाता है। उन्होंने की किया कि वो रिक्शे वाले दिन मेहनत कीतिया भी बनैन ला के दे सानू, और तुसी अंदाजा लगाओ असी क्या तू छित्र खाएगा ला के दे। उन्होंने आसा पासा नहीं वेख्या, उन्होंने बाजार के विच उठे ही वो बनैन पसीने वाली नचोड़ी इदा करके पी गए उन्होंने। मैं जो कि गल की मैं कहते ना बोलो ये कल नौजवान ये काम करे, पर मैं क्या जे करे तो वह मरणगे, उन्होंने कोई हटा नहीं सकता, पर घट्टो घट बहुत शर्म भी आऊगी भी असी इस हालात तक गिर सकते हैं। और एक गल बिल्कुल साफ तो स्पष्ट आ कि लुधियाना जिला सब तो वड्डी मार दे विच है, और जिहड़े मेरे साथी आ कोटुमरा उन्हें बाई होनी बैठे आ इन्हां दा एरिया ये चलो इधर नूं आ गया थोड़ा जिहा परला पासा जिहड़ा बैल्ट हैगी आ भूंदड़ी वाले पासे दी उह तां जमे मार इथां आ। मैं उस पिंड विच भी पिया गया जिहड़ा पिंड दा एडवोकेट उन्होंने गल की है मकबूलपुर जिहड़ा वो अमृतसर के लागे जिहड़ा जिहड़े पिंड दा नाम इन्हां ने लिया, उस पिंड दे विच
20 ਤੋਂ 30 ਸਾਲ ਦਾ ਕੋਈ ਟਾਵਾਂ ਟਾਵਾਂ ਨੌਜਵਾਨ ਕਿਤੇ ਮਾੜਾ ਮਾੜਾ ਵੈਸੇ ਪਹਿਲਾਂ ਤਾਂ ਉਹ ਵਿਧਵਾਂ ਦੀ ਬਸਤੀ ਵੱਜਦੀ ਆ ਵਿਧਵਾਵਾਂ ਦਾ ਪਿੰਡ ਬਣਦਾ ਰੰਡੀਆਂ ਦਾ ਪਿੰਡ ਵੱਜਦਾ ਉਹ ਬੰਦੇ ਹੈ ਨਹੀਂ ਉਹਨਾਂ ਪਿੰਡਾਂ ਦੇ ਵਿੱਚ ਅਤੇ ਅਜੇ ਭੂੰਦੜੀ ਤੋਂ ਪਰਲੇ ਪਾਸੇ ਚੱਲ ਜਾਓ ਤਾਂ ਉਹਨਾਂ ਘਰਾਂ 'ਚ ਵੀ ਮੁੰਡੇ ਮੁੰਡੇ ਹੈ ਨਹੀਂ ਲੱਭਦੇ ਹੁਣ ਭੂੰਦੜੀ ਦੇ ਵਿੱਚ ਤਿੰਨ ਮੁੰਡੇ ਮਰ ਗਏ ਇਕੱਠੇ ਨੌਜਵਾਨ ਚਿੱਟੇ ਨਾਲ ਤਿੰਨ ਮੁੰਡੇ ਇੱਕੋ ਹੀ ਦਿਨ ਯਾਦ ਹੋਊ ਤੁਹਾਨੂੰ ਬਹੁਤਿਆਂ ਨੂੰ ਉੱਥੇ ਕਨਵੈਨਸ਼ਨ ਰੱਖੀ ਸਾਡੇ ਸਾਥੀਆਂ ਨੇ ਮੈਨੂੰ ਬੁਲਾਰੇ ਦੇ ਰੂਪ ਦੇ ਵਿੱਚ ਸੱਦ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਇਕੱਠ ਸੀ ਉਹਦੇ ਵਿੱਚ ਉਹ ਬਾਪ ਵੀ ਬੈਠਾ ਸੀ ਮੁੰਡੇ ਦਾ ਉਹ ਐਡਾ ਐਡਾ ਦਾੜਾ ਪ੍ਰਕਾਸ਼ ਕੀਤਾ ਆ ਗੁਰੂ ਨੂੰ ਮੰਨਣ ਵਾਲਾ ਬੰਦਾ ਨੀਵੀਂ ਪਾਈ ਬੈਠਾ ਬੋਲੇ ਨਾ ਮੈਂ ਉਹਨੇ ਕੋਲ ਗਿਆ ਮੈਂ ਕਿਹਾ ਬਾਈ ਯਾਰ ਆਪਾਂ ਕਾਹਤੋਂ ਨੀਵੀਂ ਪਾਈ ਤੂੰ ਤਾਂ ਮੁੰਡੇ ਨੂੰ ਚਿੱਟਾ ਨਹੀਂ ਲਿਆ ਕੇ ਦਿੱਤਾ ਯਾਰ ਆਪਾਂ ਕਿਉਂ ਨਮੋਸ਼ੀ ਮਹਿਸੂਸ ਕਰੀਏ ਅਸੀਂ ਤਾਂ ਉੱਠ ਕੇ ਧੌਣ ਉੱਚੀ ਕਰਕੇ ਉਹਨਾਂ ਦੇ ਗਲ 'ਚ ਸੰਗੀ ਅਤੇ ਅੰਗੂਠਾ ਧਰੀਏ ਜਿਹਨਾਂ ਨੇ ਇਹ ਸਾਰਾ ਕੁਛ ਕਰਨ ਲੱਗੇ ਆ ਤੁਸੀਂ ਬੋਲੋਗੇ ਮੂਹਰੇ ਹੋ ਕੇ ਮੈਨੂੰ ਉੱਥੇ ਇੱਕ ਟੀਚਰ ਦੋਸਤ ਆਇਆ ਮੇਰਾ ਉਹ ਕਹਿੰਦਾ ਸ਼ਰਮਾ ਜੀ ਮੈਂ ਇੱਕ ਗੱਲ ਦੱਸਣੀ ਹੈ ਤੁਹਾਨੂੰ ਔਰ ਜਿਹੜੀ ਗੱਲ ਉਹਨੇ ਦੱਸੀ ਨਾ ਮਤਲਬ ਖਤਰਨਾਕ ਪੁਜੀਸ਼ਨ ਤੱਕ ਜਾਣ ਵਾਲੀ ਉਹਨਾਂ ਏਰੀਆ ਦੇ ਵਿੱਚ ਮੇਰੀ ਫਿਲਮ ਹੈ ਇੱਕ ਚੰਮ ਤੁਸੀਂ ਦੇਖੀ ਹੈ ਸਾਰਿਆਂ ਨੇ ਬਹੁਤਿਆਂ ਨੇ ਦੇਖੀ ਹੈ ਚੰਮ ਅਸੀਂ ਉਹਦੀ ਸ਼ੂਟਿੰਗ ਭੂੰਦੜੀ ਕੀਤੀ ਹੈ ਅਸੀਂ ਭੂੰਦੜੀ ਤੋਂ ਪਰਲੇ ਪਾਸੇ ਉਹਦੀ ਸ਼ੂਟਿੰਗ ਕਰਨੀ ਸੀਗੀ ਪਿੰਡ 'ਚ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਉਹ ਜਦੋਂ ਅਸੀਂ ਚਲੇ ਗਏ ਸ਼ੂਟਿੰਗ ਕਰਨ ਹਲੇ ਅਸੀਂ ਦੋ ਗੱਡੀਆਂ ਖੜੀਆਂ ਸੀਗੀਆਂ ਪੰਜ ਗੱਡੀਆਂ ਸਾਡੇ ਆਲੇ ਦੁਆਲੇ ਪੁਲਿਸ ਦੀਆਂ ਆ ਗਈਆਂ ਘੇਰਾ ਪਾ ਲਿਆ ਉਹਨਾਂ ਨੂੰ ਲੱਗਿਆ ਵੀ ਅਸੀਂ ਚਿੱਟਾ ਲੈਣ ਆਏ ਅਸੀਂ ਕਿਹਾ ਸ਼ੂਟਿੰਗ ਕਰਨ ਆਏ ਕਹਿੰਦਾ ਲੈ ਐਂ ਕਿਤੇ ਸ਼ੂਟਿੰਗਾਂ ਹੁੰਦੀਆਂ ਅਸੀਂ ਬਥੇਰਾ ਕਹਿੰਦੇ ਕਹਿੰਦਾ ਚੱਕੋ ਮੈਂ ਉਸ ਡਰੈਸ ਦੇ ਵਿੱਚ ਸੀਗਾ ਜਿਹੜੀ ਮੇਰੀ ਇੱਕ ਚਮੜਾ ਲਾਉਣ ਵਾਲੇ ਬੰਦੇ ਦੀ ਡਰੈਸ ਹੁੰਦੀ ਆ ਉੱਦਾਂ ਦੀ ਮੈਂ ਉਹਨੂੰ ਮੇਰੀ ਗੱਲ ਹੀ ਨਾ ਸੁਣੇ ਸਾਰੇ ਸਾਥੀ ਮੈਨੂੰ ਕਹਿਣ ਵੀ ਤੁਸੀਂ ਗੱਲ ਕਰੋ ਪੁਲਿਸ ਵਾਲੇ ਨਾਲ ਮੈਂ ਖੰਨੇ ਉਹਨਾਂ ਦਾ ਰੈਫਰੈਂਸ ਵੀ ਦਿੱਤਾ ਫਿਰ ਮੈਂ ਉਹਨੂੰ ਪੰਜਾਬੀ ਸਮਝਾਇਆ ਵੀ ਮੈਂ ਤੂੰ ਮੇਰੇ ਕੱਪੜੇ ਨਾ ਦੇਖ ਮੈਂ ਡੀ ਟੀ ਐਫ ਦੇ ਵਿੱਚ ਕੰਮ ਕਰਦਾ ਕਿਸਾਨ ਜਥੇਬੰਦੀਆਂ 'ਚ ਕੰਮ ਕਰਦਾ ਅਸੀਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ ਕਹਿੰਦਾ ਭੂੰਦੜੀ ਚੌਂਕੀ 'ਚ ਆ ਜਾਓ ਉਹਨੇ 20 ਮਿੰਟ ਲਾਏ ਉਹ ਕਹਿੰਦਾ ਅਸੀਂ ਤੁਹਾਨੂੰ ਆਗਿਆ ਦੇ ਦਿੰਦੇ ਹਾਂ ਤੁਸੀਂ ਚੰਗਾ ਕੰਮ ਕਰਦੇ ਹੋ ਪਰ ਕਹਿੰਦਾ 10 ਦਿਨਾਂ ਦੇ ਵਿੱਚ ਤੁਹਾਡੇ 99% ਬੰਦੇ ਇੱਥੋਂ ਚਿੱਟੇ ਦੇ ਆਦੀ ਹੋ ਕੇ ਜਾਣਗੇ ਇਹ ਗਰੰਟੀ ਹੈ ਸਾਡੀ ਅਤੇ ਅੱਧੇ ਵੇਚਣ ਲੱਗਣਗੇ ਚਲੋ ਅਸੀਂ ਉਹ ਸਿਸਟਮ ਬਦਲ ਲਿਆ ਉੱਥੋਂ ਭੂੰਦੜੀ ਸ਼ੂਟਿੰਗ ਕਰ ਲਈ ਜਦੋਂ ਉਸ ਏਰੀਏ ਦੇ ਵਿੱਚ ਵਿਚਰੇ ਤਾਂ ਦੇਖਿਆ ਕਿ ਚਿੱਟਾ ਤਾਂ ਆਮ ਵਿਕਦਾ ਸ਼ਰਿਆਮ ਕੁੜੀਆਂ 'ਚ ਨੌਜਵਾਨ ਜਾਂਦਾ ਆ ਤੁਰੇ ਜਾਂਦਾ ਜਿਹੜਾ ਇੱਕ ਆਉਂਦਾ ਉੱਧਰੋਂ ਦੂਰੇ ਤੁਰੇ ਜਾਂਦਾ ਫੜਾ ਦਿੰਦਾ ਦੂਜੇ ਹੱਥ ਨਾਲ ਪੈਸੇ ਨਾ ਗਿਣਨੇ ਨਾ ਦੇਖਣੇ ਨਾ ਸਭ ਪਤਾ ਹੈ ਕਾਰੋਬਾਰ ਸੈੱਟ ਆ ਹੁਣ ਪ੍ਰੋਬਲਮ ਇਹ ਹੈ ਕਿ ਜਿਹੜੇ ਚਿੱਟੇ ਦੇ ਟੀਕੇ ਤੱਕ ਚਲੇ ਗਏ ਉਹ ਟੀਕਾ ਕਿਵੇਂ ਲਾਉਣਗੇ ਉਹ ਤਾਂ ਪੂੜੀ ਹੈ ਉਹ ਤਾਂ ਪਾਊਡਰ ਹੈ ਹੁਣ ਟੀਕਾ ਤਾਂ ਲੱਗੂਗਾ ਜਿਹਦੇ 'ਚ ਲਿਕਡ ਮਿਲੂਗਾ ਲਿਕਡ ਮਿਲੂਗਾ ਯਾਨੀ ਕਿ ਪਾਣੀ ਮਿਲੂਗਾ ਜਾਂ ਹੋਰ ਕੋਈ ਲਿਕਡ ਚੀਜ਼ ਮਿਲੂਗੀ ਤਾਂ ਉਹ ਟੀਕਾ ਲਾਊਗਾ ਹੁਣ ਜੇ ਟੀਕੇ ਨੂੰ ਪਾਣੀ ਭਰੂਗਾ ਕਿਸੇ ਟੂਟੀ ਤੋਂ ਤਾਂ ਛਿੱਤਰ ਪੈਣਗੇ ਲੋਕ ਦੇਖਣਗੇ ਹੁਣ ਤਾਂ ਡਰ ਚੱਕਿਆ ਗਿਆ ਉਹਨਾਂ ਦਿਨ ਥੋੜ੍ਹਾ ਜਿਹਾ ਡਰ ਸੀਗਾ ਤਾਂ ਉਹ ਮੁੰਡੇ ਨੇ ਕਿਹਾ ਕਿ ਮੇਰੇ ਭਰਾ ਦੀ ਦੁਕਾਨ ਆ ਇੱਥੇ ਮੋਬਾਈਲਾਂ ਦੀ ਉਹ ਸਾਡੀਆਂ ਜਿਹੜੀਆਂ 5-7 ਦੁਕਾਨਾਂ ਉਹਨਾਂ ਦੇ ਲਈ ਸਾਡੇ ਕੋਲ ਵਾਸ਼ਰੂਮ ਨਹੀਂ ਹੈ ਕੋਈ ਪਿਸ਼ਾਬ ਕਰਨ ਨੂੰ ਜਗ੍ਹਾ ਨਹੀਂ ਹੈ ਅਤੇ ਅਸੀਂ ਉਹਨੂੰ ਇੱਕ ਰੰਗ ਕਰਾਇਆ ਦੁਕਾਨ ਨੂੰ ਅਤੇ ਬਾਅਦ ਦੇ ਵਿੱਚ ਉਹ ਬਾਲਟੀ ਅਸੀਂ ਇੱਕ ਪਿੱਛੇ ਰੱਖਤੀ ਵੀ ਅਸੀਂ ਜਿਹੜੇ ਦੁਕਾਨਦਾਰ ਆ ਉਹਦੇ 'ਚ ਪਿਸ਼ਾਬ ਕਰ ਲਿਆ ਕਰਾਂਗੇ ਬਾਅਦ 'ਚ ਉਹਨੂੰ ਦੂਰ ਸੱਟ ਦਿਆ ਕਰਾਂਗੇ ਕਿਤੇ ਜਾ ਕੇ ਅਤੇ ਚਿੱਟਾ ਪੀਣ ਵਾਲਿਆਂ ਨੂੰ ਜਦੋਂ ਪਾਣੀ ਨਾ ਲੱਭਿਆ ਤਾਂ ਉਹ ਕਹਿੰਦੇ ਵੀ ਉਹਨਾਂ ਨੇ ਉਹ ਚਿੱਟੇ ਲਈ ਉਸ ਪਿਸ਼ਾਬ ਵਾਲੀ ਬਾਲਟੀ ਦੇ ਵਿੱਚੋਂ ਸਰਿੰਜਾਂ ਭਰੀਆਂ ਅਤੇ ਉਹਦੇ ਨਾਲ ਟੀਕੇ ਆਪਣੇ ਜਿਸਮ ਦੇ ਵਿੱਚ ਲਾਏ ਹੁਣ ਪੰਜਾਬੀ ਬਾਬੇ ਨਾਨਕ ਦੇ ਵਾਰਸੋ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਖਤਰਾਣੇ ਦੀ ਢਾਬ ਦੇ ਮੱਥਾ ਤਾਂ ਟੇਕ ਆਉਂਗੇ ਸਰਹੰਦ ਸਾਹਿਬ ਜਾ ਕੇ ਮੇਲਾ ਕਹਿ ਕੇ ਦੇਖ ਤਾਂ ਆਉਂਗੇ ਪਰ ਜਿਹੜੀ ਸਾਡੀ ਪਨੀਰੀ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਵਾਰਸ ਅਸੀਂ ਬਣਾਉਣੇ ਹੈ ਜਿਹੜੇ ਕਰਤਾਰ ਸਿੰਘ ਸਰਾਭੇ ਦੇ ਵਾਰਸ ਅਸੀਂ ਮਨਾਉਣੇ ਹੈ ਉਹਨਾਂ ਦੀਆਂ ਨਸਾਂ ਦੇ ਵਿੱਚ ਜੇ ਮੂਤ ਚਲਾ ਜਾਏ ਤਾਂ ਉਹ ਲੜਨਗੇ ਕੀ ਉਹ ਜਿਉਣਗੇ ਕੀ ਉਹ ਤੁਹਾਡਾ ਡਿੰਗੋਰੀ ਜਾਂ ਸਹਾਰਾ ਬਣਨਗੇ ਕੀ ਇਹ ਸਵਾਲ ਸਾਡੇ ਲਈ ਬਹੁਤ ਵੱਡੇ ਲੈਵਲ 'ਤੇ ਸਾਡੇ ਮਨਾਂ ਦੇ ਵਿੱਚ ਸਾਡੇ ਜ਼ਿਹਨ ਦੇ ਵਿੱਚ ਆਉਣੇ ਚਾਹੀਦੇ ਆ ਦੂਜੀ ਗੱਲ ਮੈਂ ਇੱਕ ਹੋਰ ਤੁਹਾਡੇ ਨਾਲ ਕਰਨੀ ਹੈ ਮੈਨੂੰ ਲੱਗਦਾ ਸੀਗਾ ਕਿ ਐਡਵੋਕੇਟ ਸੁਦੀਪ ਮੈਨੂੰ ਲੱਗਦਾ ਸੀ ਕਿ ਐਡਵੋਕੇਟ ਸੁਦੀਪ ਸਿੰਘ ਹੋਣੀ ਉਹ ਚੀਜ਼ ਨੂੰ ਥੋੜ੍ਹਾ ਜਿਹਾ ਟੱਚ ਕਰਨਗੇ ਸਾਡੀ ਇੱਕ ਵੱਡੀ ਜਿਹੜੀ ਅੱਜ ਪ੍ਰੋਬਲਮ ਆ ਰਹੀ ਹੈ ਅਸੀਂ ਇਹ ਸੋਚ ਰਹੇ ਹਾਂ ਵੀ ਯਾਰ ਸਾਡਾ ਨੌਜਵਾਨ ਪਲੱਸ ਕੁੜੀ ਪਲੱਸ 2 ਕਰ ਗਈ
इत्थे यार नशा नुशा तो बच जूगी तो औखे सौखे हो के आइलैट्स करा के इनू कनेडा आस्ट्रेलिया अमरीका इंग्लैंड भेज दो। मैं कनेडा की धरती तो हूँ एक नाटक खेड के आया पूरे कनेडा दे विच, मैं कित नहीं गया, मेरे नाटक का नाम सी। और उस नाटक के लिए भी थोड़ी बहुत रिसर्च की और जो उ जाके जो लोगों गल्तिया तब तुम इस गल कोई अतकथन ही नहीं, कोई दो राव नहीं कि कनेडा की धरती से पंजाबियों का पंजाब नालों वध माड़ा हाल आ नशे के भुलेखा सा। उतों की गौरमेंट ने यह हो सकता है डिबेट का मसला हो सकता है मेरे नाल, मैं किसी गल सहमत होव चाहे किसी सहमत ना होव, बीसी ब्रिटिश कोलंबिया जिन्हों तुसी वैनकूवर या सरी दे विच लोड़े दे पंजाबी रहिंदे अपने, उन्होंने 2.5 ग्राम समैक लीगल की है जेब च पा के घूम सकते हो। मतलब यह 2.5 ग्राम मैं हुण छक ली, 2.5 ग्राम जेब च पा ली, थोड़े देर बाद फिर 2.5 ग्राम छक लूँगा जदों मैनू लग्या 2.5 ग्राम जेब च पा लूँ क्योंकि मैं रख सकदा 2.5 ग्राम। तो फिर ये छोटी गल नहीं है कि हर रोज़ एक या दो लूठां पंजाब की धरती से कनेडा तो वापस इंडिया नूं आ रही हैं। वो नौजवान ने 20 तो 30 साल के 18-18 साल के, तो उत्थे मैं एक गुरद्वारा साहब के ग्रंथी नूं मिलिया, हैड नूं प्रधान नूं मिलिया, वो कहिंदा बई जी की दसीए सी लवारस कह के जिन्नियां असीं साड़दे आ किसी नूं पता ही नहीं। तो उहदे विच उहनां उत्थों दा कानून आ कि जिहड़ा पोस्टमार्टम की रिपोर्ट है वह आम नहीं जद तक कर दिओ, वो परिवार के एक मैंबर को देनी है। उन्होंने जो पहला उत्थे लिखाया होना कि साडा सब तो यह जिहड़ा भरोसेमंद बंदा है यदि रिपोर्ट इनू दिती जाऊगी पोस्टमार्टम की, तो जिदा कोई नहीं वो फिर गुरद्वारा साहब का प्रधान लेके आता है कि वह जनतक नहीं करते रिपोर्टा। उत्थे भंग के ठेके खुल गए तो जिहड़ा नौजवान इत्थे कितें मिलदा नहीं चिट्टा उन्हों माड़ा मोटा चखता गया 70-80% तक। ये सरकारी नहीं गैर सरकार सरकारी आंकड़े है कि 60-68% तक नौजवान नशे के डुब चुके हैं। तो जिहड़ा इत्थे माड़ा मोटा कितें चख लिया एक अद्धी बार कर लिया उत्थे जाके खुला मिल रहा है तो फिर गफे छक ले तो फिर वो बचूगा किवें, फिर असी की कहांगे? मैं कहूँगा कि मेरा पुत भाई उत्थे चिट्टे की डोज लैके मर गया, मैं कहूँगा हार्ट अटैक हो गया, मर गया हार्ट अटैक नाल। तो जिहड़े बजुर्ग उत्थे इन्ने समय तो गए उन्होंने तो हार्ट अटैक हो नहीं रहे, साडे नौजवान पुत्तां नूं हार्ट अटैक क्यों हो रहे हैं? ये सवाल ने, ये विचारन वाले मसले ने। मैं एक होर गल तुहानूं दसदा जिहड़ी सरकार की गल इन्होंने की है, बाडर एरिए 2011 दे विच एक सैमीनार रखा सरकार ने भी नशा के संबंध के, वो सारे बोलन लग गए भी आए होना चाहिए होना चाहिए। जिहड़ा बार्डर रेंज का DIG सी अजकल मेरे ख्याल शायद वो लीडर आ कोई रिटायर होकर बाद दे विच, वो बंदा वो भी तपया होया सी, थोड़ा बहुत ईमानदारी वाले कण हुंदे आ कई वारी साडे पुलिस वाले अफसरां दे विच भी, वो कहिंदा भी भाई मैनूं तुसीं 3 घंटे दे दिओ पंजाब सरकार, 3 घंटिआं दे विच मैं नशा बंद कर सकदा इस एरिए दे विच इस बैल्ट के उत्तों। तो तुम अंदाजा लगाओ कि हाफ टाइम तो बाद सैमीनार ही नहीं चलिया, वो सैमीनार ही बंद हो गया। तो फिर किने बंद करना जो उन्होंने पता वा सारा कुछ भी ये सारा कुछ जिड्डा वड्डा इंटरनेशनल लेवल पर जिन्ना वड्डा ये व्यापार आ, इस व्यापार के गल जरूर है। मैं भी सवाल है कि फिर जिड्डा वड्डा तो फिर असी कातों रौला पाने, बंद नहीं हो सकता, क्यों नहीं बंद हो सकता? बहुत कुछ हो सकता है, नहीं बंद होवे घट्टो घट असी अपनी धियां पुत्तां नूं बचा सकते हैं और वह बच सकते हैं जदों तहैया करनगे तो वह बच सकते हैं। और मैं तुहानूं एक गल दसदा, मेरा परसनल जिंदगी का यह एक्सपीरियंस है। मैं जिहड़ी नाटक की गल कर रहे हैं वो नाटक 26-27 सितंबर 2012 के टकड़ब्बा पिंड है पटियाले के लागे, मैं उस पिंड दे विच नाटक खेडन गया। मैनू पता नहीं सी उत्थे उन्होंने जिहड़ा चीफ गैसट सद्या सी वह बब्बी बादल सद्या सी, चलो तरशील सोसायटी के साथियों वालों प्रॉम सी। उत्थे जदों गए तो सारा
ਜਿਹੜਾ ਮੇਲ ਮਹਿਕਮਾ ਸੀ ਨਾਟਕ ਦੇਖਣ ਆਏ, ਕਿਸੇ ਨੇ ਦਾਰੂ ਪੀਤੀ, ਕੋਈ ਕਿਹੜੇ ਨਸ਼ੇ 'ਚ ਟੁੰਨ, ਕੋਈ ਕੁਛ, ਕੋਈ ਕੁਛ ਕਰੀ ਜਾਵੇ, ਕੋਈ ਕੁਛ। ਮੈਨੂੰ ਗੁੱਸਾ ਜਿਹਾ ਚੜ ਗਿਆ ਸੀ। ਉਹ ਬਾਈ ਨੂੰ ਕਿਹਾ, ਯਾਰ ਅਸੀਂ ਨਹੀਂ ਨਾਟਕ ਕਰਨਾ। ਉਹ ਕਹਿੰਦਾ ਕਿਉਂ? ਮੈਂ ਕਿਹਾ ਯਾਰ ਅਸੀਂ ਕੋਈ ਨਚਾਰ ਹਾਂ, ਆ ਸਾਡੀਆਂ ਧੀਆਂ ਭੈਣਾਂ ਬੱਚੀਆਂ ਮੇਰੇ ਨਾਲ ਆ, ਵੀ ਅਸੀਂ ਨਾਟਕ ਦਿਖਾਉਣਾ ਆ, ਇਹਨਾਂ ਦਾ ਕੀ ਪਤਾ ਇੱਕ ਕਦੇ ਕਿੱਧਰ ਨੂੰ ਗੇੜਾ ਕੱਢਦੇ ਆ। ਮੈਂ ਕਿਹਾ ਅਸੀਂ ਨਹੀਂ ਕਰਨਾ ਯਾਰ ਨਾਟਕ, ਅਤੇ ਨਾਲੇ ਤੁਸੀਂ ਬੰਦਾ ਕਿਹੜਾ ਸੱਦਿਆ ਹੋਇਆ, ਚਲੋ ਉਹ ਗੱਲਬਾਤ ਹੋਈ। ਉਹ ਕਹਿੰਦਾ ਨਾ ਕਰੋ ਬਾਈ ਜੀ, ਪਰ ਮੈਂ ਇੱਕੋ ਹੀ ਬੇਨਤੀ ਕਰਨੀ ਆ ਵੀ ਜੇ ਇੱਥੇ ਸਾਰੇ ਨਸ਼ਾ ਨਾ ਕਰਨ ਵਾਲੇ ਹੁੰਦੇ ਤਾਂ ਉਹਨਾਂ ਨੂੰ ਤੁਸੀਂ ਕੀ ਸਮਝਾਉਣਾ ਸੀਗਾ? ਲੋੜ ਤਾਂ ਉਹਨਾਂ ਨੂੰ ਹੈ ਜਿਹੜਾ ਨਸ਼ੇ ਕਰਦੇ ਆ। ਸਾਨੂੰ ਗੱਲ ਇਹ ਜੱਜ ਗਈ, ਅਸੀਂ ਕਿਹਾ ਨਾਟਕ ਕਰਾਂਗੇ। ਨਾਟਕ ਕੀਤਾ, ਚਲੋ ਉਹਨਾਂ ਦਾ ਇੱਕ ਵੱਡਾ ਰਿਸਪੋਂਸ, ਬਹੁਤ ਵੱਡਾ ਰਿਸਪੋਂਸ ਆਇਆ। ਜਦੋਂ ਘਰ ਆਇਆ ਮੈਂ, ਮੈਨੂੰ ਪਤਾ ਲੱਗਿਆ, ਰਾਤ ਨੂੰ ਮੈਂ ਫੋਨ ਆ ਗਿਆ ਬਾਹਰੋਂ, ਮੈਂ ਖੰਨਾ ਭਾਅ ਜੀ ਨੂੰ ਫੋਨ ਕੀਤਾ ਵੀ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਇਹਨਾਂ ਨੂੰ ਪਤਾ ਸੀਗਾ। ਉਹ ਕਹਿੰਦੇ ਹਾਂ, ਗੁਰਸ਼ਰਨ ਭਾਅ ਜੀ ਪੂਰੇ ਹੋ ਗਏ। ਉਸ ਦਿਨ ਰਾਤ ਨੂੰ ਗੁਰਸ਼ਰਨ ਭਾਅ ਜੀ ਦੀ ਡੈਥ ਹੋਈ। 3 ਤਰੀਕ ਨੂੰ ਗੁਰਸ਼ਰਨ ਭਾਅ ਜੀ ਦਾ ਸ਼ਰਧਾਂਜਲੀ ਸਮਾਗਮ ਸੀ ਚੰਡੀਗੜ੍ਹ। ਮੈਂ ਉੱਥੇ ਗਿਆ ਤਾਂ ਉਸ ਪਿੰਡ ਦੀ ਪੰਚਾਇਤ, ਉਹ ਸਾਡਾ ਤਰਕਸ਼ੀ ਲਾਗੂ, ਉਸ ਸਮਾਗਮ ਦੇ ਵਿੱਚ ਮੈਨੂੰ ਮਿਲੇ ਅਤੇ ਪਾਸੇ ਲਿਜਾ ਕੇ ਮੈਨੂੰ ਕਹਿੰਦੇ, ਬਾਈ ਜੀ ਅਸੀਂ ਤੁਹਾਡੇ ਕੋਲ ਮੁੱਲਾਂ ਫੜਾਉਣਾ ਸੀਗਾ, ਮਾਫ਼ੀ ਚਾਹੁੰਦੇ ਹਾਂ, ਨਹੀਂ ਆ ਸਕੇ, ਪਰ ਅਸੀਂ ਤੁਹਾਡੇ ਨਾਲ ਇੱਥੇ ਤੁਹਾਡਾ ਧੰਨਵਾਦ ਕਰਨਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਬਾਈ ਜੀ ਜਿੱਦਣ ਤੁਸੀਂ ਨਾਟਕ ਖੇਡ ਕੇ ਆਏ ਨਾ, ਉਸ ਤੋਂ ਦੂਜੇ ਦਿਨ 24 ਮੁੰਡਿਆਂ ਨੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਧੀ ਕਿ ਅਸੀਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗੇ, ਅਸੀਂ ਚਿੱਟਾ ਨਹੀਂ ਖਾਵਾਂਗੇ, ਕੌਡੀ ਨਹੀਂ ਖਾਵਾਂਗੇ। ਹੁਣ ਮੈਂ ਕਹਾਣੀ ਨਹੀਂ ਦੱਸੀ, ਮੈਂ ਉਹਨਾਂ ਨੂੰ ਕਿਹਾ ਬਾਈ ਜੀ ਇਹ ਤਾਂ ਮੇਰੇ ਨਾਟਕ ਦਾ ਇੱਕ ਬਖਤੀ ਪ੍ਰਭਾਵ ਆ, ਸੱਚ ਇਹ ਹੈ। ਉਹਨਾਂ ਨੂੰ ਸਾਂਭਣਾ ਪਊਗਾ, ਉਹਨਾਂ ਦੀ ਸਕੂਲਿੰਗ ਕਰਨੀ ਪਊਗੀ, ਉਹਨਾਂ ਨੂੰ ਦਵਾਈ ਦਵਾਉਣੀ ਪਊਗੀ, ਉਹਨਾਂ ਨਾਲ ਸਮਾਂ ਬਿਤਾਉਣਾ ਪਊਗਾ। ਅਸੀਂ ਆਪਣਾ ਕੰਮ ਕਰ ਚੱਲੇ, ਪਰ ਇਹ ਗੱਲ ਪੱਕੀ ਹੈ ਕਿ ਨਾਟਕ ਦੇ ਵਿੱਚ, ਕਲਾ ਦੇ ਵਿੱਚ ਇੰਨਾ ਕੁ ਜੁਰਤ ਜ਼ਰੂਰ ਹੈਗੀ ਹੈ ਕਿ ਉਹ ਬਹੁਤ ਕੁਛ ਬਦਲਣ ਦੀ ਸਮਰੱਥਾ ਰੱਖਦਾ, ਬਹੁਤ ਕੁਛ ਬਦਲਿਆ ਜਾ ਸਕਦਾ। ਔਰ ਲਾਸਟ ਦੇ ਵਿੱਚ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ, ਮੈਂ ਇੱਕ ਜਦੋਂ ਨਾਟਕ ਖੇਡ ਕੇ ਆਇਆ, ਹੁਣੇ ਬਾਈ ਕੋਟਮ ਰਾਣਾ ਨੇ ਨਾਟਕ ਮੇਰਾ ਕਰਾਇਆ ਸੀ ਇੱਥੇ ਬੰਨ੍ਹ ਦੇ ਉੱਤੇ, ਬਹੁਤ ਘੱਟ ਬੰਦੇ ਸੀ, ਪਰ ਇਹਨਾਂ ਦਾ ਵਿਚਾਰ ਆ, ਤੁਹਾਡੇ ਕੋਲ ਬੈਠੇ ਆ, ਭਾਵੇਂ ਦੱਸ ਵੀ ਦੇਣਗੇ। ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਅੱਜ ਜਿਹੜੇ ਬੱਚੇ, ਬੰਦੇ, ਬੁੜੀਆਂ ਇੱਥੇ ਨਾਟਕ ਵੇਖ ਕੇ ਗਏ, ਉਹ ਗਰੰਟੀ ਹੈ ਕਿ ਉਹ ਕਦੇ ਵੀ ਨਸ਼ੇ ਨੂੰ ਟੱਚ ਨਹੀਂ ਕਰਨਗੇ, ਤੁਹਾਡੇ ਨਾਟਕ ਦਾ ਇੰਨਾ ਪ੍ਰਭਾਵ ਹੈ। ਔਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੀਆਂ ਕਮੇਟੀਆਂ ਬਣੀਆਂ, ਔਰ ਉਹਦੇ ਵਿੱਚ ਮੈਂ ਨਾਟਕ ਦੇ ਵਿੱਚ ਦਿਖਾਇਆ ਹੈ ਕਿ ਉਹਦਾ ਬਾਪ ਪੁੱਤ ਨੂੰ ਹਿੱਕ ਨਾਲ ਲਾਉਂਦਾ, ਅਤੇ ਜੇ ਸਾਡਾ ਧੀ ਪੁੱਤ ਕੋਈ ਚਿੱਟੇ ਦੇ ਵਿੱਚ, ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕਿਆ ਵਾ, ਤਾਂ ਸਭ ਤੋਂ ਪਹਿਲਾਂ ਆਪਾਂ ਉਹਨੂੰ ਹਿੱਕ ਨਾਲ ਲਾਓ। ਬਾਕੀ ਗੱਲਾਂ ਬਾਅਦ ਦੇ ਵਿੱਚ, ਘੂਰਨਾ, ਗਿਲਾ, ਸ਼ਿਕਵਾ ਬਾਅਦ ਦੇ ਵਿੱਚ। ਜਿੱਦਣ ਬਾਪ ਉਹਨੂੰ ਹਿੱਕ ਨਾਲ ਲਾਊਗਾ, ਉੱਦਣ ਉਹਦਾ ਅੱਧਾ ਦਿਲ ਜਿਹੜਾ ਉਹ ਖੁਸ਼ ਹੋਊਗਾ। ਇਹ ਤੋਂ ਬਿਨਾਂ ਕਿ ਬਾਪ ਮਾਂ ਨੂੰ ਉਲਾਂਭਾ ਦੇਵੇ ਕਿ ਤੇਰਾ ਵਿਗਾੜਿਆ, ਤੂੰ ਹੀ ਸਾਰਾ ਕੁਛ ਕੀਤਾ ਹੈ। ਔਰ ਮੈਂ ਜਿਹੜੀ ਗੱਲ ਕਰਨੀ ਸੀ ਔਰਤਾਂ ਬਾਰੇ, ਮੈਂ ਉਹ ਲੰਬੀ ਚੌੜੀ ਨਹੀਂ ਕਰਦਾ, ਇੰਨੀ ਕੁ ਗੱਲ ਕਰਾਂਗਾ ਕਿ ਮੇਰੀ ਰਿਸਰਚ ਦੇ ਵਿੱਚ ਪੁੱਤ ਨੂੰ ਵਿਗਾੜਨ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਨਹੀਂ, ਮਮਤਾ ਦੇ ਰੂਪ ਦੇ ਵਿੱਚ ਮਾਂ ਜ਼ਿੰਮੇਵਾਰ ਆਉਂਦੀ ਹੈ। ਜਦੋਂ ਚਿੱਟੇ 'ਤੇ ਗਏ ਆ ਤਾਂ ਮਾਂ ਜ਼ਿੰਮੇਵਾਰ ਆਉਂਦੀ ਹੈ, ਪਰ ਇਹ ਵੀ ਸੱਚ ਹੈ ਕਿ ਚਿੱਟੇ ਤੋਂ ਮੋੜਨ ਦੇ ਵਿੱਚ ਵੀ ਮਾਂ ਦਾ ਇੱਕ ਬਹੁਤ ਵੱਡਾ ਰੋਲ ਹੈ। ਉਹ ਮੋੜ ਸਕਦੀ ਹੈ, ਉਹ ਕਹਿ ਸਕਦੀ ਹੈ। ਮੈਂ ਇੱਕੋ ਹੀ ਸੈਕਿੰਡ ਲੈਣਾ, ਮੈਂ ਇੱਕ ਛੋਟੀ ਜਿਹੀ ਘਟਨਾ ਦੱਸਣੀ, ਲੁਧਿਆਣੇ ਜ਼ਿਲ੍ਹੇ ਦੇ ਨਾਲ ਇੱਕ ਪਿੰਡ ਆ, ਪਿੰਡ ਦਾ ਨਾਂ ਨਹੀਂ ਮੈਂ ਲੈਣਾ। ਉੱਥੋਂ ਦਾ ਇੱਕ ਮੁੰਡਾ ਚਿੱਟਾ ਪੀਂਦਾ ਸੀ, ਉਹ ਚਿੱਟਾ ਪੀਂਦਾ ਪੀਂਦਾ ਇੰਨਾ ਗਲਤਾਨ ਹੋ ਗਿਆ। ਲੰਬੀ ਚੌੜੀ ਕਹਾਣੀ, ਉਹਨੇ ਇੱਕ ਚਿੱਠੀ ਲਿਖੀ, ਜੇ ਤੁਸੀਂ ਚਿੱਠੀ ਪੜ੍ਹਨੀ ਹੋਵੇ ਤਾਂ ਉਹ ਦਾ ਨਵਜੋਤ ਢਿੱਲੋਵਾਲ ਆ ਯੂਟਿਊਬ 'ਤੇ, ਉਹਦੇ 'ਤੇ ਇੱਕ ਪ੍ਰੋਗਰਾਮ ਹੈ ਚਿੱਠੀਆਂ ਅਣਲਿਖੀਆਂ, ਉਹਦੇ 'ਚ ਇੱਕ ਚਿੱਠੀ ਆ ਲੁਧਿਆਣੇ ਜ਼ਿਲ੍ਹੇ ਦੀ। ਉਹ ਮੁੰਡੇ ਨੇ ਫਿਰ ਚਿੱਠੀ ਲਿਖੀ ਹੈ ਉਸ ਭੈਣ ਨੂੰ, ਉਹ ਕਹਿੰਦਾ ਮੈਂ ਚਿੱਟਾ ਜਦੋਂ ਪੀਣ ਲੱਗਿਆ, ਸੱਤਵੀਂ 'ਚ ਪੜ੍ਹਦਾ ਸੀ, ਪੰਜਾਂ ਭੈਣਾਂ ਦਾ ਸਭ ਤੋਂ ਛੋਟਾ, ਸੱਤਵੀਂ 'ਚ ਪੜ੍ਹਦੇ ਨੇ ਬੀੜੀ ਪੀਤੀ, ਅਤੇ ਫਿਰ ਨੌਵੀਂ 'ਚ ਜਾਂਦੇ ਨੇ, ਨੌਵੀਂ ਤੱਕ ਗਿਆ ਨਹੀਂ, ਫਿਰ ਜਿਹੜੀ ਆਪਾਂ ਬੀਅਰ ਪੀਂਦੇ ਹਾਂ, ਫਿਰ ਦਾਰੂ ਪੀ ਲਈ। 17 ਸਾਲ ਤੱਕ ਉਹਨੇ ਦੁਨੀਆ ਦਾ ਕੋਈ ਨਸ਼ਾ ਜਿਹੜਾ ਨਹੀਂ ਛੱਡਿਆ ਸੀ। ਔਰ ਇੱਕ ਦਿਨ ਨਸ਼ੇ ਦੇ ਵਿੱਚ ਜਦੋਂ ਉਹਨੇ ਆਪਣੀ ਮਾਂ ਤੋਂ ਪੈਸੇ ਮੰਗੇ ਤਾਂ ਉਹ ਪੈਸੇ ਮਾਂ ਨਾ ਦੇ ਸਕੀ, ਮਾਂ ਕੁਛ ਨਹੀਂ ਸੀ, ਘਰ ਸਭ ਕੁਛ ਖਤਮ ਹੋ ਚੁੱਕਿਆ ਸੀ, ਤਾਂ ਉਹਨੇ ਆਪਣੀ ਮਾਂ ਨੂੰ ਬੇਹਤਾਸ਼ਾ ਕੁੱਟਿਆ, ਭੱਜ ਗਿਆ, ਮੋਟਰਸਾਈਕਲ ਤੋਂ ਡਿੱਗ, ਐਕਸੀਡੈਂਟ ਹੋ ਗਿਆ। ਦੂਜੇ ਦਿਨ ਜਦੋਂ ਹੋਸਪਿਟਲ ਦੇ ਵਿੱਚ ਉਹਨੂੰ ਹੋਸ਼ ਆਈ ਤਾਂ ਮਾਂ ਉਹਦੇ ਸਿਰਹਾਣੇ ਬੈਠੀ ਸੀ। ਉਹਨੂੰ ਹੋਸ਼ ਆਇਆ ਅਤੇ ਮਾਂ ਨੂੰ ਕਹਿੰਦਾ ਵੀ ਮਾਂ ਆ ਤੇਰੇ ਸੱਟਾਂ ਕਿਵੇਂ ਵੱਜੀਆਂ, ਨੀਲ ਕਿਵੇਂ ਪਏ ਆ।
वो कहती ये मझ संगल तड़ा के चली गई सी, घड़ीस के लै गई मैनू तां मैनू सट्टां लगियां, कहा नहीं कि तू मैनू मारिया। मां का जिगरा देखो। और दूजे दिन उन्हों घरे लिया, वो नशे की लोर दे विच फिर घरों भज गया। उदों पता लग्या जदों गुरद्वारा साहब दे विच अनाउंसमेंट हुई भी भाई बलवंत कौर का संस्कार करने की तैयारी है सारे शमशान घाट के पहुंचे। वो कहिंदा मैनू फिर भी नहीं पता लग्या किने अग लाई, लांबू लाया, की कीता, कुछ पता नहीं। रात नूं घरे आके भूआ मैनू कहिंदी है बई पैगी तेरे कालज ठंड, जारता मेरे भरा दा घर, मारता अपनी मां नूं, खा गया मां नूं। वो कहिंदा मैं थोड़ा खाधा, तुसीं खाधा। जे उहनूं मझ ने मारिया ही सी तां तुसीं उहदा इलाज करा देंदे, हॉस्पिटल क्यों नहीं लैके गए, भरिया पीत्या। फिर बाप बोलिया उहनूं मझ ने नहीं सी मारिया, उन्हों झोटे ने मारिया सी ते उहदी अपनी कुख तों जम्मे झोटे ने मारिया सी, तूं मारिया है मां। और जदों उस बच्चे नूं ऐ लग्गिया फिर वह गया रिहैब सेंटर दे विच, गया सारा कुछ होया। उत्थे एक औरत भैण उन्हें टक्करी, उन्हें बहुत ज़्यादा उहदी हैल्प की, घरदिआं ने सारा कुछ छड्डता। पर 2018 दे विचों नशे चों बाहर आया, उन्हें फिर चिट्ठी लिखी कि मेरे बच्ची मेरी ब्याह होया, ब्याह तो बाद जो मेरे वाइफ के बच्चा होने वाला सी, तां मैं एक अरदास की भी रब्बा जे पुत मेरे वर्गे होंदे आ तां मैनूं पुत ना दे, मैनूं मेरी माँ वर्गी ते जिहड़ी नशा छुड़ाऊ केंद्र दे विच उहदी भैण बनी है उहदी भैण वर्गी धी देवी। ते उहदे धी पैदा हुई ते उहने अपनी धी दा नाम अपनी माँ दे नाम ते रख्या है। पर कहिंदा सब कुछ है, नशा छड्ड चुक्या माँ, पर माँ नहीं, माँ वो कदे मिलनी भी नहीं है। ये चीज़ां, ये गल्लां, ये सारियां कहानियां उन्हां नशा करन वालियां तक पहुँचानियां पैणगियां। उन्हां दे मनां दे विच डर भी, प्यार भी, मुहब्बत भी, सारा कुछ बिठाना पऊगा। तो इतिहास है अज तक कि कोई भी बंदा नशे की घाट करके नहीं मरिया। जे छड्डना चाहुंदा है कोई छड्डाउंदिआं नूं नहीं मिलदा, नहीं मरदा। जिन्ने भी मरे ने नशे की वध डोज करके मरे ने। मैं इन्होंने शब्दों के नाल थोड़ा सारे का बहुत बहुत धन्यवाद कर